ਪੁੱਛਗਿੱਛ ਦੇ ਸੰਬੰਧ ਜਿਹੜੀ ਦਰਖਾਸਤ ਸਾਡੇ ਕੋਲ ਆਈ ਉਹਦੇ ਸੰਬੰਧ 'ਚ ਬਣਾਇਆ ਪੁੱਛਗਿੱਛ ਕਰਾਂ। ਇਹ ਤਾਂ ਹੁਣ ਵੇਖੋ ਜੀ ਵਾਅਦਾ ਕਿੰਨਾ ਟਾਈਮ ਲੱਗਦਾ। ਹਾਂ ਇਸ ਤਰੀਕ 'ਤੇ ਆਇਆ, ਪਿਛਲੀ ਵਾਰ ਉਹ ਬਾਹਰ ਸੀਗੇ ਕਹਿੰਦੇ, ਅਤੇ ਉਹਨਾਂ ਨੇ ਕਿਹਾ ਸੀਗਾ ਵੀ ਯਾਰ ਅਸੀਂ ਮੈਂ 29 ਤਰੀਕ ਨੂੰ ਉਹਨਾਂ ਨੂੰ ਦੁਬਾਰਾ ਬੁਲਾਇਆ। ਉਹ ਵੇਖੋ ਇਨਕੁਆਇਰੀ ਦੇ ਸੰਬੰਧ ਵਿੱਚ ਅਸੀਂ ਵੈਰੀਫਾਈ ਕਰਾਂਗੇ ਜੀ। ਖਾਸ ਜਾਂਚ ਦਾ ਕਿਹਾ ਹੈ ਕਿਸੇ ਪ੍ਰੋਟੀਕੁਲਰ ਕੋਈ ਕੇਸ ਨਹੀਂ? ਵੇਖੋ ਇਹ ਪ੍ਰੋਪਰ ਇਨਕੁਆਇਰੀ ਚੱਲ ਰਹੀ ਆ, ਉਹਦੇ ਅਸੀਂ ਤੁਹਾਨੂੰ ਇਹਦੇ ਵਿੱਚ ਅਜੇ ਅਸੀਂ ਨਹੀਂ ਦੱਸ ਸਕਦੇ। ਵੇਖੋ ਟਾਈਮ ਲੱਗੇਗਾ, 2-3 ਘੰਟੇ ਤੇ ਲੱਗਣ। ਅੱਜ ਉਹਨਾਂ ਦੇ ਟਾਈਮ ਸੀਗਾ 29 ਤਰੀਕ ਨੂੰ ਅਸੀਂ ਬੁਲਾਇਆ ਸੀਗਾ, ਉਹ ਆਏ ਨੇ। ਉਹਨਾਂ ਦੀ ਪੁੱਛਗਿੱਛ ਪ੍ਰੋਪਰ ਕੰਪਲੇਂਟ ਦੇ ਸੰਬੰਧ ਵਿੱਚ ਆਇਆ, ਪੁੱਛਗਿੱਛ ਕਰਾਂਗੇ ਬਸ ਇੰਨੀ। ਜਿਹੜੀ ਦਰਖਾਸਤ ਸਾਡੇ ਕੋਲ ਆਈ ਉਹਦੇ ਸੰਬੰਧ ਚ ਬਣਾਇਆ ਪੁੱਛਗਿੱਛ ਕਰਾਂਗੇ। ਇਹ ਤਾਂ ਹੁਣ ਵੇਖੋ ਜੀ ਵਾਅਦਾ ਕਿੰਨਾ ਟਾਈਮ ਲੱਗਦਾ। ਹਾਂ ਇਸ ਤਰੀਕ 'ਤੇ ਆਇਆ, ਪਿਛਲੀ ਵਾਰ ਉਹ ਬਾਹਰ ਸੀਗੇ ਕਹਿੰਦੇ, ਅਤੇ ਉਹਨਾਂ ਨੇ ਕਿਹਾ ਸੀਗਾ ਵੀ ਯਾਰ ਅਸੀਂ ਮੈਂ 29 ਤਰੀਕ ਨੂੰ ਉਹਨਾਂ ਨੂੰ ਦੁਬਾਰਾ ਬੁਲਾਇਆ। ਉਹ ਵੇਖੋ ਇਨਕੁਆਇਰੀ ਦੇ ਸੰਬੰਧ ਵਿੱਚ ਅਸੀਂ ਵੈਰੀਫਾਈ ਕਰਾਂਗੇ ਜੀ। ਕੋਈ ਖਾਸ ਜਾਂਚ ਦਾ ਕਿਹਾ ਹੈ ਕਿਸੇ ਪ੍ਰੋਟੀਕੁਲਰ ਕੋਈ ਕੇਸ ਨਹੀਂ? ਵੇਖੋ ਇਹ ਪ੍ਰੋਪਰ ਇਨਕੁਆਇਰੀ ਚੱਲ ਰਹੀ ਆ, ਉਹਦੇ ਅਸੀਂ ਤੁਹਾਨੂੰ ਇਹਦੇ ਵਿੱਚ ਅਜੇ ਅਸੀਂ ਨਹੀਂ ਦੱਸ ਸਕਦੇ। ਵੇਖੋ ਟਾਈਮ ਲੱਗੇਗਾ, 2-3 ਘੰਟੇ ਤੇ ਲੱਗਣ। ਅੱਜ ਉਹਨਾਂ ਦੇ ਟਾਈਮ ਸੀਗਾ 29 ਤਰੀਕ ਨੂੰ ਅਸੀਂ ਬੁਲਾਇਆ ਸੀਗਾ, ਉਹ ਆਏ ਨੇ। ਉਹਨਾਂ ਦੀ ਪੁੱਛਗਿੱਛ ਪ੍ਰੋਪਰ ਕੰਪਲੇਂਟ ਦੇ ਸੰਬੰਧ ਵਿੱਚ ਆਇਆ, ਪੁੱਛਗਿੱਛ ਕਰਾਂਗੇ ਬਸ ਇੰਨੀ। ਪ੍ਰੋਪਰ ਇਹਨਾਂ ਦੀ ਇਨਕੁਆਇਰੀ ਆ ਜਿਹੜੀ ਆਪਣੇ ਜਾਇਦਾਦ ਬਣਾਈ ਹੈ ਨਾ ਉਹਦੇ ਸੰਬੰਧ। ਸਰ ਕਿਸੇ ਨੇ ਸ਼ਿਕਾਇਤ ਦਿੱਤੀ ਸੀ ਜਾਂ ਤੁਸੀਂ ਆਪਣੇ ਕੀਤਾ? ਨਹੀਂ ਨਹੀਂ, ਕੰਪਲੇਂਟ ਆ, ਕੰਪਲੇਂਟ ਉੱਪਰ ਦਰਜ ਹੋ ਕੇ ਆਈ ਹੈ।